ਸਾਚੀ ਕਾਲ ਤੁਸੀਂ ਦੇਖ ਰਹੇ ਹੋ ਸਾਡੇ ਐਲਟੀਵੀ ਮੈਂ ਹਰ ਰਸੀ ਕਾਲ ਬੀਤੇ ਦਿਨ ਬੁੱਧਵਾਰ ਨੂੰ ਦੁਪਹਿਰੋਂ ਹੰਗਾ ਦੇ ਇੱਕ ਵੇਸਟ ਪ੍ਰੋਸੈਸਿੰਗ ਫੈਸਿਲਿਟੀ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇਸ ਦਾ ਅਸਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ ਦੱਸੇ ਜਾਣੇ ਕਿ ਇਹ ਅੱਗ ਵਿਕਟੋਰੀਆ ਸਟਰੀਟ ਤੇ ਸੱਜੇ ਗ੍ਰੀਨ ਗੋਰੀਲਾ ਵੇਸਟ ਪ੍ਰੋਸੈਸਿੰਗ ਦੀ ਜਗ੍ਹਾ ਤੇ ਲੱਗੀ ਸੀ ਅੱਗ ਦੁਪਹਿਰੇ ਲੱਗੀ ਤੇ ਇਸ ਦਾ ਅਸਰ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਹੈ ਇਸ ਆਗ ਨੂੰ ਬੁਝਾਉਣ ਦੇ ਲਈ 80 ਤੋਂ ਵੱਧ ਫਾਇਰ ਕਰੂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਸੀ ਪਰ ਧੂੰਆਂ ਹਜੇ ਵੀ ਇਸ ਆਗ ਦੇ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ ਸੀ। ਅੱਜ ਸਵੇਰੇ ਵੀ ਕਾਫੀ ਸਾਰੀਆਂ ਟ੍ਰੈਫਿਕ ਦੀਆਂ ਲੰਮੀਆਂ ਕਤਾਰਾਂ ਇਸ ਆਗ ਦੇ ਕਾਰਨ ਹੀ ਦੇਖਣ ਨੂੰ ਮਿਲੀਆਂ। ਸਟੇਟ ਹੈਵ 20 ਦੇ ਉਹ ਹੰਗਾ ਤੇ ਮੈਂਗਰੀ ਦੇ ਨਜ਼ਦੀਕ ਟ੍ਰੈਫਿਕ ਹੋਰ ਜ਼ਿਆਦਾ ਵਧਣ ਦੇ ਸਾਰ ਦਿਖਾਏ ਗਏ ਨੇ ਕਿਉਂਕਿ ਧੂੰਆਂ ਹਜੇ ਵੀ ਇਲਾਕੇ ਦੇ ਵਿੱਚ ਫੈਲ ਰਿਹਾ ਹੈ। ਉਧਰ ਨੈਲਸਨ ਸਟਰੀਟ ਨੂੰ ਬੰਦ ਕੀਤਾ ਗਿਆ ਜਿਸ ਤੋਂ ਬਾਅਦ ਟ੍ਰੈਫਿਕ ਕਾਫੀ ਜ਼ਿਆਦਾ ਦੇਖਿਆ ਗਿਆ ਫਿਰ ਹਾਲ ਫਾਇਰ ਦੇ ਅਮਰਜੈਂਸੀ ਸਰਵਿਸਿਜ਼ ਲਗਾਤਾਰ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਵੱਲੋਂ ਲੋਕਾਂ ਨੂੰ ਵੀ ਗਾਈਡਲਾਈਨਸ ਫੋਲੋ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਇਸ ਫਾਇਰ ਦੇ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ